ਬੀਤੇ ਦਿਨਾਂ ਤੋਂ ਇੱਕ ਖਬਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਡੀਸੀ ਫਾਜ਼ਿਲਕਾ ਵੱਲੋਂ ਡੀਸੀ ਦਫ਼ਤਰ ਵਿੱਚ ਕੰਮ ਕਰਨ ਵਾਲੇ ਪੁਰਸ਼ਾਂ ਨੂੰ ਟੀ ਸ਼ਰਟਾਂ ਪਾਉਣ ਤੋਂ ਮਨ੍ਹਾ ਕੀਤਾ ਗਿਆ ਅਤੇ ਮਹਿਲਾ ਮੁਲਾਜ਼ਮਾਂ ਨੂੰ ਚੁੰਨੀਆਂ ਲਾਜ਼ਮੀ ਕੀਤੀਆਂ ਗਈਆਂ ਨੇ। ਡੀਸੀ ਵੱਲੋਂ ਇਹ ਹੁਕਮ ਲਿਖਤੀ ਦਿੱਤੇ ਗਏ ਸਨ, ਜਿਸ ਤੋਂ ਬਾਅਦ ਖਬਰ ਇਹ ਵੀ ਸਾਹਮਣੇ ਆਈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਹੁਕਮਾਂ ਨੂੰ ਨਜਾਇਜ਼ ਕਰਾਰ ਦੇ ਹੋਏ ਪਾਬੰਦੀ ਨੂੰ ਹਟਾ ਦਿੱਤਾ। ਕੈਪਟਨ ਸਾਹਿਬ ਨੇ ਕਿਹਾ ਕਿ ਬਿਨਾਂ ਚੁੰਨੀਆਂ ਤੋਂ ਮਹਿਲਾ ਮੁਲਾਜ਼ਮਾਂ ਦਫ਼ਤਰ ਆ ਸਕਦੀ ਨੇ ਅਤੇ ਟੀ ਸ਼ਰਟ 'ਤੇ ਵੀ ਕੋਈ ਬੈਨ ਨਹੀਂ ਹੋਵੇਗਾ। ਜਿੱਥੇ ਕਈ ਲੋਕ ਡੀਸੀ ਦੇ ਹੁਕਮਾਂ ਦੀ ਸ਼ਲਾਘਾ ਕਰ ਰਹੇ ਸਨ, ਉੱਥੇ ਕਈ ਇਹ ਵੀ ਕਹਿ ਰਹੇ ਸਨ ਕਿ ਡੀਸੀ ਨੇ ਤਾਲੀਬਾਨੀ ਹੁਕਮ ਦਿੱਤੇ ਨੇ, ਪਰ ਇਹ ਹੁਕਮ ਦਿੱਤੇ ਕਿਉਂ ਇਸ ਬਾਰੇ ਕੋਈ ਨਹੀਂ ਜਾਣਦਾ। ਸੋ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਡੀਸੀ ਫਾਜ਼ਿਲਕਾ ਮਨਪ੍ਰੀਤ ਸਿੰਘ ਛਤਵਾਲ ਨੇ ਇਹ ਹੁਕਮ ਦਿੱਤੇ ਕਿਉਂ। ਅਸਲ ਵਿੱਚ ਡੀਸੀ ਦਫ਼ਤਰ ਯੂਨੀਅਨ ਫਾਜ਼ਿਲਕਾ ਵੱਲੋਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਡੀਸੀ ਦਫ਼ਤਰ ਸਟਾਫ ਮੈਂਬਰਾਂ ਨੂੰ ਫਾਰਮਲ ਡਰੈਸ ਵਿੱਚ ਦਫ਼ਤਰ ਆਉਣ ਲਈ ਹਦਾਇਤ ਕੀਤੀ ਜਾਵੇ। ਇਹ ਸਭ ਕੁਝ ਉਹਨਾਂ ਦੇ ਮੁਤਾਬਿਕ ਇਸ ਕਰਕੇ ਲਿਖਿਆ ਗਿਆ ਕਿਉਂਕਿ ਡੀਸੀ ਦਫ਼ਤਰ ਦੇ ਕੁਝ ਸਟਾਫ ਮੈਂਬਰਾਂ ਨੇ ਆਪਣੇ ਸਰੀਰ 'ਤੇ ਟੈਟੂ ਛਪਾਏ ਹੋਏ ਸਨ ਅਤੇ ਕਈ ਮਹਿਲਾ ਮੁਲਾਜ਼ਮ ਦਫ਼ਤਰ ਵਿੱਚ ਫੰਕੀ ਜੀਨਸ ਯਾਨੀ ਕਿ ਪਾਟੀਆਂ ਹੋਈਆਂ ਜੀਨਸ ਪਾ ਕੇ ਆਉਂਦੀਆਂ ਸਨ, ਜਿਸ ਕਰਕੇ ਲੋਕ ਗੱਲਾਂ ਕਰਦੇ ਸਨ। ਉਹਨਾਂ ਕਿਹਾ ਕਿ ਦਫ਼ਤਰੀ ਸਟਾਫ ਅਤੇ ਆਮ ਲੋਕਾਂ ਵਿੱਚ ਇਸ ਤਰ੍ਹਾਂ ਫਰਕ ਨਹੀਂ ਰਹਿ ਜਾਂਦਾ, ਇਸੇ ਕਰਕੇ ਡੀਸੀ ਸਾਹਿਬ ਤੋਂ ਇਹ ਮੰਗ ਕੀਤੀ ਗਈ ਕਿ ਇਹ ਹੁਕਮ ਸੁਣਾਏ ਜਾਣ ਕੇ ਹਰ ਕੋਈ ਫਾਰਮਲ ਡਰੈਸ ਵਿੱਚ ਆਵੇ। ਜਦੋਂ ਡੀਸੀ ਨੇ ਇਹ ਹੁਕਮ ਸੁਣਾਏ ਤਾਂ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਿਆ ਅਤੇ ਕੈਪਟਨ ਸਾਹਿਬ ਨੇ ਇਸ ਵਿੱਚ ਖੁਦ ਦਖਲ ਦਿੰਦੇ ਹੋਏ ਇਸ ਪਾਬੰਦੀ ਨੂੰ ਹਟਾ ਦਿੱਤਾ। ਹਰ ਕੋਈ ਡੀਸੀ ਨੂੰ ਹੀ ਜ਼ਿੰਮੇਵਾਰ ਦੱਸ ਰਿਹਾ ਸੀ, ਪਰ ਹੁਣ ਤੁਹਾਨੂੰ ਵੀ ਪਤਾ ਲੱਗ ਗਿਆ ਹੋਵੇਗਾ ਕਿ ਡੀਸੀ ਵੱਲੋਂ ਇਹ ਹੁਕਮ ਕਿਉਂ ਸੁਣਾਏ ਗਏ ਸਨ। ਬਿਊਰੋ ਰਿਪੋਰਟ, ਪੰਜਾਬੀ ਪੈਰਿਸ ਟੀਵੀ।